ஃப்ரெண்ட்ஸ் ஸ்ரீ ஸ்ரீகால் தோஸ்தோ அஜப்பா ஃபேர் நமக்கு எந்த வீடியோ பண்ண சொல்லோ ஸ்டார்ட் கரெக்டாக க்ளோஸ் ஜல்தி ஆன ஃபேர் அப்படி கேம் யஹா பர் தோடி ஜி லோடிங் லே ரஹி ஹை ஸ்டார்ட் ஹோ ஜா लो स्टार्ट हो गई तामरा पानी को पिकअप ट्रक रेड कलर का ये कलर आहा कलर भी है पिकअप ट्रक च पर पलाना नहीं अब आहा बढ़िया पिकअप ट्रक करने को ये दिन आली खेड़ देंगे क्रॉस चलो फिर इतने भी थोड़ी लोडिंग लो फिर चलू एक गेम है ए बिना नेट तो चल दी है लो चल पी पिकअप ट्रक आ देखो अपने पिछड़ी वीडियो दे विच पार्ट वन च अपने डेक लवाई सी रेड़े ते आखड़ा अपना पिकअप ट्रक ते चल दिया फिर सोनू मड़ा का अपना जड़ा है अपने पिंड शोरूम है दिखाने हैं हाँ सी अपना शोरूम तेल तो है ना गड्डी च तेल पवा लांगे बाद च फिर जे कि कट गया रुक जा रुक रो रुक रो चलो गड्डी बंद करके खड़ा दें रुकी फड़ी फड़ी अपनी गड्डी हम बंद होगी चलते हैं ਦੇਖਦੇ ਹਾਂ ਇੱਥੇ ਆਪਾਂ ਕੋਈ ਗੱਡੀ ਵੀ ਮੰਗਾ ਸਕਦੇ ਹਾਂ ਮਤਲਬ ਉੱਥੇ ਇੱਕ ਕਾਊਂਟਰ ਬਣਿਆ ਹੋਇਆ ਕਾਊਂਟਰ ਤੋਂ ਇਹ ਕਿਵੇਂ ਹੋਈ ਜਾਂਦੀ ਹੈ ਹੌਲੀ ਹੌਲੀ ਚੱਲ ਡਾਂਸ ਡਾਂਸ ਆਊਟ ਇਹ ਰਹਾ ਕਾਊਂਟਰ ਆ ਜੀ ਆਪਣਾ ਕਾਊਂਟਰ ਆਪਾਂ ਨੇ ਇੱਥੇ ਐਂ ਕਲਿੱਕ ਕਰਨਾ ਹੈ ਕਿਹੜੀ ਗੱਡੀ ਲਈਏ ਆ ਇੱਥੇ ਲੈਂਦੇ ਹਾਂ ਇਹਦੇ ਵਿੱਚ ਆਪਾਂ ਲੈਂਦੇ ਹਾਂ ਆਹ वीडियो देखनी पैंदी है जी आपको फिर अपनी गड्डी परचेज होंदी है चित की फेर की असी की लेना चलो लेटेड ता जी फिर अपने को आ गया फिर अपने को आ गई अपनी गड्डी देखो देखो गड्डी हाँ सच जी अज आप सोनू दिखावे गड्डी दे विच डेक डुक लवावे अपनी नवी गड्डी एदे विच डेक नहीं लगे होंगे ਆਪਾਂ ਨੂੰ ਖੁਦ ਤੋਂ ਲਗਵਾਉਣੇ ਪੈਂਦੇ ਆ ਇਹਦੇ ਵਿੱਚ ਜਿਵੇਂ ਆਪਾਂ ਡੈਕ ਲਵਾਵਾਂਗੇ ਹੁਣ ਤੇਲ ਪਵਾਵਾਂਗੇ ਸਾਰਾ ਕੁਛ ਇਹ ਗੇਮ ਦੇ ਵਿੱਚ ਫ੍ਰੀ ਹੈ ਤੇਲ ਵੀ ਪਵਾਵਾਂਗੇ ਜੀ ਪਹਿਲਾਂ ਆਪਾਂ ਤੇਲ ਪਵਾਉਣੇ ਆ ਆਹ ਦੇਖੋ ਆਹ ਚੀਜ਼ ਤਾਂ ਆਪਣੀ ਨੂਰਲਾ ਟਾਪਾ ਖੁੱਲ ਗਿਆ ਸੱਚ ਡੱਗੀ ਖੁੱਲ ਗਈ ਇਹ ਦੇਖੋ ਆਹ ਫਿਰ ਡੱਗੀ ਗੱਡੀ ਦੀ ਬੰਦ ਕਰ ਲਓ ਇੱਥੋਂ ਆਪਾਂ ਸਾਰਾ ਕੁਛ ਖੋਲ੍ਹ ਸਕਦੇ ਹਾਂ ਵਿੰਡੋ ਵਾਂਡੋ ਇੱਥੋਂ ਮਿਊਜ਼ਿਕ ਲੱਗਦਾ ਆਪਣਾ ਚੰਗਾ ਚੱਲਦੇ ਹਾਂ ਆਪਾਂ ਹੁਣ ਤੇਲ ਪਵਾਉਣ ਪਹਿਲਾਂ ਤਾਂ ਗੱਡੀ 'ਚ ਤੇਲ ਬਹੁਤ ਘੱਟ ਹੈ ਚਲੋ ਜੀ ਓ ਇੱਥੇ ਨਹੀਂ ਤਾਂ ਗਰਾਜ 'ਚ ਆ ਗਿਆ ਆਪਾਂ ਪੈਟਰੋਲ ਪੰਪ ਤਾਂ ਇਹਦੇ ਨਾਲ ਹੈ ਆ ਸੀਗਾ ਪੈਟਰੋਲ ਪੰਪ ਇਹ ਆਪਾਂ ਨੂੰ ਇੱਕ ਕੈਲਕੂਲੇਟਰ ਜਿਹਾ ਦਿਖਾਉਂਦੇ ਹੁੰਦੇ ਨੇ ਉਹ ਤਾਂ ਆਪਾਂ ਨੂੰ ਇਹ ਦੇਖੋ ਆਪਾਂ ਨੇ ਪਵਾਉਣਾ ਹੁਣ 5 ਰੁਪਈਆਂ ਦਾ ਇੱਥੇ 1 ਲੀਟਰ ਤੇਲ ਹੈ ਆਪਾਂ ਪੂਰੇ ਨਾ ਇੰਨਾ ਤਾਂ ਬਲ ਹੋ ਜੂ ਉਹ ਕਲਿੱਕ ਹੋ ਗਿਆ ਆਪਾਂ ਤੋਂ ਚਲੋ ਇਹਦੇ ਕਲਿੱਕ ਕਰਕੇ ਤੇਲ ਪੈਣ ਲੱਗ ਜਾਂਦਾ ਜੀ ਆ ਗ੍ਰੀਨ ਬਟਨ 'ਤੇ चलो जी तेल पई जाता फिर
ਜੀ ਫਿਰ ਦੇਖੋ ਆਪਣਾ ਤੇਲ ਪੈ ਗਿਆ। ਹੁਣ ਆਪਾਂ ਲਵਾਵਾਂਗੇ ਵੱਡੇ ਵੱਡੇ ਡੈੱਕ ਆਪਣੀ ਗੱਡੀ ਦੇ ਪਿੱਛੇ, ਤੇ ਟੈਕੀਆਂ ਤੇ ਵੀ ਜਿਹੜੇ ਡੈੱਕ ਹੁੰਦੇ ਆ ਜੀ ਉਹ ਵੀ ਲਵਾਵਾਂਗੇ। ਚਲੋ ਫਿਰ ਚਲੀਏ, ਦੇਖਦੇ ਕੀ ਇਹ ਗੱਡੀਆਂ ਜੀ ਬਹੁਤ ਸਾਰਾ ਗੱਡੀ ਹੈ। ਇਹ ਅਸੀਂ ਅਸੀਂ ਉਹ ਇੱਥੋਂ ਲੱਗੂ ਆਪਣੀ ਗੱਡੀ ਦੇ ਡੈੱਕ। ਦੇਖੋ ਜੀ ਪਹਿਲਾਂ ਤਾਂ ਆਪਾਂ ਲਾਉਣੇ ਟਾਕੀਆਂ ਦੇ, ਪਹਿਲਾਂ ਆਪਾਂ ਇਹ ਤਾਂ ਟਾਕੀਆਂ 21 ਨੇ। ਦੇਖੋ ਆਹ ਤਾਂ ਸੋਹਣੇ ਨੇ, ਇਹਦੇ ਵਿੱਚ 21 ਇਹ ਮਿਲਦੇ ਆਪਾਂ ਨੂੰ ਡੈੱਕ। ਦੇਖੋ ਲਾਗੇ ਹੁਣ ਆਪਾਂ ਲਾਉਣੇ ਆ ਇਹਦੇ ਟੱਗੀ ਦੇ। ਇਹਦੇ ਵਿੱਚ ਵੀ 21 ਮਾਡਲ ਮਿਲੂ ਆਪਾਂ ਨੂੰ, ਕਲਰ ਇਹਦਾ ਕਰਾਉਣਾ ਬਲੈਕ ਹੀ। ਤੁਹਾਨੂੰ ਬਾਅਦ 'ਚ ਇੱਕ ਇਹਨਾਂ ਦਾ ਬਹੁਤ ਵਧੀਆ ਬਣਦਾ ਹੁੰਦਾ ਮੜਕ, ਇੱਕ ਇਹਦੇ ਵਿੱਚ ਲਾਈਟ ਮਿਲਦੀ ਆ ਆਪਾਂ ਨੂੰ, ਉਹ ਲਾਈਟ ਆਨ ਕਰਕੇ ਦਿਖਾਉਣਾ ਜੀ। ਬਾਹਰ ਚੱਲੀਏ ਮੜਕ, ਚੁੱਪ ਚੁੱਪ ਤੇਰਾ ਵੀਡੀਓ ਬਣਾਈ ਜਾਂਦਾ। ਅਰੇ ਬਾਈ ਮੇਰਾ ਪੇਪਰ ਖੋਲ ਕੇ ਦੇਣਾ, ਮੈਂ ਅੱਜ ਖੁੱਲਦਾ ਨਹੀਂ। ਤਾਂ ਫਿਰ ਦੋਸਤੋ ਆਪਾਂ ਆ ਗਏ, ਫਿਰ ਅੰਦਰ ਆ ਗਏ। ਲਓ ਦੋਸਤੋ ਫਿਰ ਆ ਗਏ ਆਪਾਂ ਬਾਹਰ, ਹੁਣ ਤੁਹਾਨੂੰ ਦਿਖਾਉਣੇ ਆ ਵੀ ਕਿਵੇਂ ਹੁੰਦਾ। ਟੱਗੀ ਖੋਲ ਲਓ, ਆਪਾਂ ਨੇ ਗੱਡੀ 'ਚੋਂ ਬਾਹਰ ਨਿਕਲਣਾ, ਗੱਡੀ ਨੂੰ ਸਟਾਰਟ ਹੀ ਰੱਖਿਓ। ਉਹ ਦੇਖੋ ਚਮਕਦੇ ਨਾ, ਹੁਣ ਟੱਗੀ ਬੰਦ ਕਰ ਦਿਓ। ਦੇਖੋ ਚਲੋ ਜੀ ਜਿਹੜੀ ਟਾਕੀਆਂ ਇਹਨਾਂ ਦਾ ਨਹੀਂ ਹੁੰਦਾ। ਤਾਂ ਫਿਰ ਠੀਕ ਹੈ ਜੀ, ਕੱਲ ਪਿਛੜਦੇ ਵਨ ਪਾਰਟ 'ਚ ਆਪਾਂ ਨੇ ਉਹ ਕੀਤਾ ਸੀ, ਆਪਣੇ ਠੇਲੇ 'ਤੇ ਡੈੱਕ ਲਵਾਈ ਸੀ, ਉਹ ਖੜਾ ਆਪਣਾ ਠੇਲਾ। ਹਾਂ ਆਹ ਖੜਾ ਗੱਡੀ ਖੜਾ ਦਿੰਦੇ ਹਾਂ। ਠੀਕ ਹੈ ਜੀ, ਅੱਜ ਦੀ ਵੀਡੀਓ ਆਪਾਂ ਇੱਥੇ ਹੀ ਖਤਮ ਕਰਦੇ ਹਾਂ। ਥੈਂਕ ਯੂ ਫੋਰ ਵਾਚਿੰਗ।